ਬੱਗਾ ਜਠੇਰਿਆਂ ਦਾ ਮੇਲਾ ਬੜੀ ਧੂਮਧਾਮ ਨਾਲ ਪੂਰੇ ਭਾਰਤ 'ਚ ਫੈਲੀਆਂ ਬੱਗਾ ਫੈਮਲੀਆਂ ਨੇ ਪਿੰਡ ਭਰੋੜੀ ਪਹੁੰਚ ਕੇ ਮਨਾਇਆ। ਸ਼ਤੀਸ਼ ਬੱਗਾ ਚੇਅਰਮੈਨ ਸੇਵਾ ਸਮਿਤੀ ਬੱਗਾ ਜਠੇਰੇ ਹੋਰਾਂ ਨੇ ਦੱਸਿਆ ਕਿ ਅਸੀਂ ਹਰ ਸਾਲ ਇਸੇ ਤਰ੍ਹਾਂ ਬੜੀ ਧੂਮਧਾਮ ਨਾਲ ਮਨਾਉਂਦੇ ਹਾਂ। ਪੂਰੇ ਭਾਰਤ ਵਿੱਚੋਂ ਬੱਗਾ ਪਰਿਵਾਰਾਂ ਦੇ ਲੋਕ ਇੱਥੇ ਪਹੁੰਚ ਕੇ ਆਪਣੀ ਬਜ਼ੁਰਗਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ ਅਤੇ ਮੰਨਤਾਂ ਮੰਗਦੇ ਹਨ ਜੋ ਪੂਰੀਆਂ ਵੀ ਹੁੰਦੀਆਂ ਨੇ। ਇਹ ਜੋ ਵੀ ਵਿਸ਼ਾਲ ਇਮਾਰਤ ਹੈ ਇਹ ਸਭ ਸੰਗਤਾਂ ਦੇ ਸਹਿਯੋਗ ਨਾਲ ਬਣੀ ਹੈ। ਸੰਗਤ ਤਨੋ ਮਨੋ ਅਤੇ ਤਨੋ ਪੂਰਾ ਸਹਿਯੋਗ ਕਰਦੀਆਂ ਨੇ। ਬਜ਼ੁਰਗ ਨਾਲ ਗੱਲਬਾਤ 'ਤੇ ਪਤਾ ਲੱਗਿਆ ਕਿ ਜਠੇਰਿਆਂ ਦਾ ਮੇਲਾ 20-25 ਸਾਲ ਪਹਿਲਾਂ ਹੀ ਸਾਨੂੰ ਪਤਾ ਲੱਗਾ ਕਿ ਸਾਡੇ ਜਠੇਰੇ ਪਿੰਡ ਭਰੋੜੀ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਹਨ। ਪਹਿਲਾਂ ਇੱਥੇ ਛੋਟੀ ਜਿਹੀ ਮੱਟੀ ਹੁੰਦੀ ਸੀ, ਸੰਗਤਾਂ ਦੇ ਸਹਿਯੋਗ ਨਾਲ ਹੁਣ ਪੂਰੀ ਵੱਡੀ ਇਮਾਰਤ ਬਣ ਚੁੱਕੀ ਹੈ। ਬਜ਼ੁਰਗ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਕਿ ਸਾਡੇ ਬਜ਼ੁਰਗ ਪਹਿਲਾਂ ਪਿੰਡ ਭਰੋੜੀ ਜ਼ਿਲ੍ਹਾ ਨਵਾਂ ਸ਼ਹਿਰ ਵਿੱਚ ਹੀ ਰਹਿੰਦੇ ਸਨ, ਫਿਰ ਹੌਲੀ ਹੌਲੀ ਭਾਲ ਕਰਨ 'ਤੇ ਸਾਨੂੰ ਪਤਾ ਲੱਗਾ ਕਿ ਇਸ ਜਗ੍ਹਾ 'ਤੇ ਸਾਡੇ ਬਜ਼ੁਰਗਾਂ ਦਾ ਨਿਵਾਸ ਸੀ। ਇਸ ਜਗ੍ਹਾ 'ਤੇ ਅੱਜ ਜਠੇਰਿਆਂ ਦੀ ਇਮਾਰਤ ਬਣੀ ਹੋਈ ਹੈ। ਉਹਨਾਂ ਆਖਿਆ ਕਿ ਸਾਡੇ ਬਜ਼ੁਰਗ ਪਿੰਡ ਭਰੋੜੀ ਦੇ ਨਿਵਾਸੀ ਹਨ। ਹੁਣ ਬੱਗਾ ਪਰਿਵਾਰ ਪੂਰੇ ਭਾਰਤ ਵਿੱਚ ਫੈਲਿਆ ਹੋਇਆ ਹੈ, ਪਰ 31 ਮਾਰਚ ਨੂੰ ਸਾਰੇ ਪਰਿਵਾਰਾਂ ਇੱਥੇ ਪਹੁੰਚ ਕੇ ਨਤਮਸਤਕ ਹੁੰਦੇ ਹਨ, ਆਪਣੀਆਂ ਮਨੋਕਾਮਨਾ ਪੂਰੀਆਂ ਕਰਦੇ ਹਨ। ਆਓ ਦੇਖਦੇ ਹਾਂ ਕਾਲਾ ਕਟਾਰੀਆ ਦੀ ਬੱਗਾ ਜਠੇਰਿਆਂ ਤੋਂ ਵਿਸ਼ੇਸ਼ ਰਿਪੋਰਟ। ਸਾਡਾ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ ਲਾਈਕ ਜ਼ਰੂਰ ਕਰਨਾ ਜੀ। ਦੋ ਸੰਗਰ ਮੱਥਾ ਦੇ ਚੁੱਕਿਆ ਉਹ ਸੰਗਰ ਮੱਥਾ ਦੇ ਚੁੱਕਿਆ ਜੀ। ਚਲੋ ਕਿਤੇ ਦੇਖਿਆ ਲੱਗਦਾ ਤੁਹਾਨੂੰ ਦਿੱਲੀ ਤੋਂ? ਜ਼ਰੂਰ ਤੁਸੀਂ ਦਿੱਲੀ ਤੋਂ? ਨਹੀਂ, ਦਿੱਲੀ ਤਾਂ ਕਿਹੜਾ ਲੱਗਦਾ ਰਹਿੰਦਾ ਸੀ। ਕਿਹੜੀ ਜਗ੍ਹਾ? ਅੰਬੈਸੀ। ਅੰਬੈਸੀ ਕਿਹੜੀ ਜਗ੍ਹਾ? USA, ਬੈਲਜੀਅਮ, ਫਰਾਂਸ, ਜਰਮਨ। ਚਲੋ ਕਿਤੇ ਦੇਖਿਆ ਲੱਗਦਾ ਤੁਹਾਨੂੰ ਦਿੱਲੀ ਤੋਂ? ਜ਼ਰੂਰ ਤੁਸੀਂ ਦਿੱਲੀ ਤੋਂ? ਨਹੀਂ, ਦਿੱਲੀ ਤਾਂ ਕਿਹੜਾ ਲੱਗਦਾ ਰਹਿੰਦਾ ਸੀ। ਕਿਹੜੀ ਜਗ੍ਹਾ? ਅੰਬੈਸੀ। ਅੰਬੈਸੀ ਕਿਹੜੀ? USA, ਬੈਲਜੀਅਮ, ਫਰਾਂਸ, ਜਰਮਨ। ਮੈਂ ਸਤੀਸ਼ ਬੱਗਾ, ਚੇਅਰਮੈਨ
ਬੱਗਾ ਜਠੇਰੇ ਸੇਵਾ ਸਮਿਤੀ ਬੀ ਪੀ ਓ ਭਰੋਲੀ ਡਿਸਟ੍ਰਿਕਟ ਨਵਾਂ ਸ਼ਹਿਰ ਤੋਂ ਬੋਲ ਰਿਹਾ। ਬੱਗਾ ਜਠੇਰਿਆਂ ਦਾ ਇਹ ਵੱਡੇ ਵਡੇਰਿਆਂ ਦਾ ਅਸਥਾਨ, ਪਿਛਲੇ ਕਾਫੀ ਦਿਨਾਂ ਤੋਂ ਕਾਫੀ ਸਾਲਾਂ ਤੋਂ ਇੱਥੇ ਉਹਨਾਂ ਦੇ ਨਾਮ ਦੇ ਉੱਪਰ ਇੱਥੇ ਹਰ ਸਾਲ ਮੇਲਾ ਲੱਗਦਾ ਹੈ। ਸੋ ਉਸੇ ਲੜੀ ਦੇ ਵਿੱਚ ਅੱਜ ਵੀ 31 ਮਾਰਚ 2022 ਨੂੰ ਇਹ ਮੇਲਾ ਹਰ ਸਾਲ ਦੀ ਤਰ੍ਹਾਂ ਬੜੀ ਧੂਮਧਾਮ ਦੇ ਨਾਲ ਇੱਥੇ ਬੱਗਾ ਪਰਿਵਾਰ ਦੇ ਲੋਕ ਇਕੱਠੇ ਹੁੰਦੇ ਹਨ, ਆਪਸ ਵਿੱਚ ਮੇਲ ਜੋਲ ਕਰਦੇ ਹਨ ਔਰ ਵੱਡੇ ਵਡੇਰਿਆਂ ਦਾ ਜਿਹੜਾ ਸਥਾਨ ਬਣਿਆ ਹੈ ਉੱਥੇ ਮੱਥਾ ਟੇਕ ਕੇ ਉਹਨਾਂ ਦਾ ਆਸ਼ੀਰਵਾਦ ਲੈਂਦੇ ਹਨ। ਇਸ ਸਥਾਨ ਦੇ ਵਿੱਚ ਪੂਰੇ ਪੰਜਾਬ ਤੋਂ ਹੀ ਨਹੀਂ, ਪੂਰੇ ਨਵਾਂਸ਼ਹਿਰ ਜ਼ਿਲ੍ਹਾ ਤੋਂ ਹੀ ਨਹੀਂ ਬਲਕਿ ਪੂਰੇ ਹਿੰਦੁਸਤਾਨ ਤੋਂ, ਜਿਸ ਤਰ੍ਹਾਂ ਕਿ ਦਿੱਲੀ, ਬੰਬੇ, ਕਲਕੱਤਾ, ਮੇਰਠ, ਮਦਰਾਸ ਹੋਰ ਕਈ ਸਟੇਟਾਂ ਤੋਂ, ਬੰਬੇ ਤੱਕ ਤੋਂ ਲੋਕ ਸਾਡੇ ਇੱਥੇ ਮੱਥਾ ਟੇਕਣ ਵਾਸਤੇ ਬੱਗਾ ਪਰਿਵਾਰ ਦੇ ਲੋਕ ਜਿਹੜੇ ਹਨ ਉਹ ਇਸ ਆਪਣਾ ਆਰਾਮ ਵੀ ਕਰਦੇ ਹਨ ਔਰ ਹਰ ਸਾਲ ਅਸੀਂ ਉਸ ਹਾਲ ਦੇ ਵਿੱਚ ਇੱਕ ਵਿਸ਼ਾਲ ਭੰਡਾਰਾ ਕਰਦੇ ਹਾਂ ਜਿਸ ਦੇ ਵਿੱਚ ਸਾਰੇ ਪਰਿਵਾਰ ਬੈਠ ਕੇ ਉਸ ਭੰਡਾਰੇ ਦਾ ਆਨੰਦ ਲੈਂਦੇ ਹਨ, ਉਸ ਭੰਡਾਰਾ ਖਾਂਦੇ ਹਨ, ਪ੍ਰਸ਼ਾਦ ਘਰਾਂ ਨੂੰ ਵੀ ਲੈ ਕੇ ਜਾਂਦੇ ਹਨ ਔਰ ਉਹਨਾਂ ਦੀਆਂ ਇੱਥੋਂ ਜੋ ਮੰਨਤਾਂ ਹੈ ਜੋ ਸੋਚ ਕੇ ਆਉਂਦੇ ਹਨ ਵੱਡੇ ਵਡੇਰਿਆਂ ਤੋਂ ਉਮੀਦ ਰੱਖ ਕੇ ਆਉਂਦੇ ਹਨ ਇੱਥੇ ਮੱਥਾ ਟੇਕ ਕੇ ਉਹ ਪੂਰੀਆਂ ਹੁੰਦੀਆਂ ਹਨ ਔਰ ਉਸ ਸ਼ਰਧ ਨਾਲ ਹੋਰ ਵੀ ਜ਼ਿਆਦਾ ਅਗਲੇ ਸਾਲ ਤੋਂ ਸ਼ਰਧਾ ਲੈ ਕੇ ਹੋਰ ਪਰਿਵਾਰ ਨੂੰ ਜੋੜ ਕੇ ਇੱਥੇ ਆਉਂਦੇ ਹਨ ਔਰ ਇਹ ਮੇਲਾ ਭੱਵਿਆਪੂਰਨ ਬਹੁਤ ਅੱਛਾ ਸਥਾਨ ਬਣ ਗਿਆ ਹੈ ਔਰ ਇਹ ਮੇਲਾ ਬੜਾ ਉਤਸ਼ਾਹਪੂਰਨ ਲੋਕਾਂ ਦੇ ਵਿੱਚ ਬੜਾ, ਦੇਖੋ ਕਿੰਨਾ ਉਤਸ਼ਾਹ ਹੈ ਤੁਸੀਂ ਦੇਖਿਆ ਹੈ। ਸੋ ਇਸ ਮੇਲੇ ਨੂੰ ਅਸੀਂ ਹੋਰ ਹਰ ਸਾਲ ਦੀ ਤਰ੍ਹਾਂ ਕੋਈ ਨਾ ਕੋਈ ਨਵੀਂ ਐਡ ਕਰਕੇ ਅਸੀਂ ਇਸ ਨੂੰ ਵਧਾ ਰਹੇ ਹਾਂ, ਇਸ ਸਥਾਨ ਦੀ ਵੀ ਉਪਲਬਧ ਕਰ ਰਹੇ ਹਾਂ। ਸੋ ਅੱਗੇ ਪਰਿਵਾਰਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ, ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਮੰਦਰ ਦੀ ਬਹੁਤ ਵੱਡੀ ਜਿਹੜੀ ਆ ਨਿਰਮਾਣ ਕਰ ਰਹੇ ਹਾਂ ਔਰ ਨਿਰਮਾਣ ਹੋ ਰਿਹਾ ਹੈ। ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਜਿਹੜੀ ਇਹ ਜ਼ਮੀਨ ਖਰੀਦੀ ਗਈ ਹੈ ਮੈਨੇਜਮੈਂਟ ਕਮੇਟੀ ਵੱਲੋਂ ਖਰੀਦੀ ਗਈ ਹੈ ਕਿ ਪਬਲਿਕ ਦੇ ਸਹਿਯੋਗ ਨਾਲ? ਪਬਲਿਕ ਦੇ ਸਹਿਯੋਗ ਦੇ ਨਾਲ ਮੈਨੇਜਮੈਂਟ ਕਮੇਟੀ ਦੁਆਰਾ ਖਰੀਦੀ ਗਈ ਹੈ। ਪਬਲਿਕ ਨੇ ਸਹਿਯੋਗ ਦਿੱਤਾ, ਉਹਨਾਂ ਨੇ ਪੈਸਾ ਵੀ ਦਿੱਤਾ, ਹੋਰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ। ਜਦੋਂ ਮੰਦਰ ਇਹ ਕਮੇਟੀ ਬਣਦੀ ਸੀ, ਕਿਸੇ ਨੇ ਸੀਮਟ ਦਿੱਤਾ, ਕਿਸੇ ਨੇ ਰੇਤਾ ਦਿੱਤਾ, ਕਿਸੇ ਨੇ ਇੱਟਾਂ ਦਾਨ ਕੀਤੀਆਂ, ਭਵਨ ਬਣਨ ਤੋਂ ਬਾਅਦ ਕਿਸੇ ਨੇ ਆਪਣੇ ਪੱਖੇ ਦਾਨ ਕੀਤੇ ਹੈਗੇ, ਕੋਈ ਲਾਈਟਾਂ ਦੀ ਵਿਵਸਥਾ ਕੀਤੀ ਹੈ, ਕਿਸੇ ਨੇ ਸਰੀਆ ਦਿੱਤਾ ਹੈ, ਹਰ ਤਰ੍ਹਾਂ ਦਾ ਸਾਨੂੰ ਸਹਿਯੋਗ ਮਿਲਿਆ ਬੱਗਾ ਪਰਿਵਾਰਾਂ ਵੱਲੋਂ ਔਰ ਵੱਧ ਚੜ੍ਹ ਕੇ ਸਭ ਨੇ ਸਹਿਯੋਗ ਦਿੱਤਾ, ਜਿਸ ਲਈ ਸਾਨੂੰ ਉਮੀਦ ਸੀ ਉਸ ਤੋਂ ਵੀ ਵੱਧ ਸਹਿਯੋਗ ਮਿਲਿਆ ਔਰ ਅਸੀਂ ਇਹਦਾ ਨਿਰਮਾਣ ਕੀਤਾ ਹੈ। ਭੱਵੇ ਨਿਰਮਾਣ ਕੀਤਾ, ਵੱਡਾ ਹਾਲ ਬਣਾਇਆ, 3 ਕਮਰੇ ਬਣਾਏ ਹਨ, ਏਸੀ ਰੂਮ ਬਣਾਇਆ ਹੈ, ਮੰਦਰ ਨੂੰ ਭੱਵੇ ਬਣਾਇਆ ਹੈ ਔਰ ਲੋਕ ਉੱਥੇ ਆ ਕੇ ਮੱਥਾ ਟੇਕਦੇ ਹਨ। ਮੇਲੇ ਤੋਂ ਇਲਾਵਾ ਵੀ ਪੂਰਾ ਸਾਲ ਲਗਾਤਾਰ ਦੂਰੋਂ ਦੂਰੋਂ ਲੋਕ ਸਾਨੂੰ, ਅਸੀਂ ਇੱਥੇ ਨਹੀਂ ਵੀ ਕੋਈ ਹੁੰਦਾ, ਸਾਨੂੰ ਪੱਤਰ ਆਉਂਦੇ ਹਨ, ਸਾਨੂੰ ਫੋਨ ਆਉਂਦੇ ਹਨ ਔਰ ਅਸੀਂ ਆ ਕੇ ਮੰਦਰ ਖੋਲ੍ਹਦੇ ਹਨ, ਮੱਥਾ ਟੇਕਦੇ ਹਨ ਅਤੇ ਔਰ ਆਪਣਾ ਆਸ਼ੀਰਵਾਦ ਲੈ ਕੇ ਜਾਂਦੇ ਹਨ ਔਰ ਇਹ ਹਰ ਸਾਲ ਇੱਥੇ ਮੇਲਾ ਲੱਗਦਾ ਹੈ। ਇੱਕ ਅਸੀਂ ਅਰਧ ਵਾਰਸ਼ਿਕ ਮੇਲਾ ਲਗਾਉਂਦੇ ਹਾਂ, ਜਿਹੜਾ ਕਿ ਇਹ ਸ਼ਰਾਧ ਆਉਂਦੇ ਹਨ, ਜਦੋਂ ਸ਼ਰਾਧ ਸ਼ੁਰੂ ਹੁੰਦੇ ਹਨ ਉਹਨਾਂ ਦੇ ਵਿੱਚ ਜਿਹੜਾ ਪਹਿਲਾ ਰਵੀਵਾਰ ਆਉਂਦਾ ਹੈ ਉਸ ਦਿਨ ਵੀ ਅਸੀਂ ਇੱਥੇ ਮੇਲਾ ਲਗਾਉਂਦੇ ਹਨ, ਉਸ ਦਿਨ ਵੀ ਇੱਥੇ ਕਾਫੀ ਰੌਣਕ ਹੁੰਦੀ ਹੈ ਔਰ ਲੋਕ ਆਉਂਦੇ ਹਨ ਆਪਣਾ ਵੱਡਿਆਂ ਦਾ ਆਸ਼ੀਰਵਾਦ ਲੈ ਕੇ ਇੱਥੋਂ ਮਨੋਕਾਮਨੀ ਆਪਣੇ ਪੂਰੀਆਂ ਕਰਕੇ ਜਾਂਦੇ ਹਨ। ਤੋ ਇਸ ਸਥਾਨ ਦੀ ਇਸੇ ਤਰ੍ਹਾਂ ਅਸੀਂ ਉਪਲਬਧੀ ਕਰ ਰਹੇ ਹਾਂ, ਹੋਰ ਨਿਰਮਾਣ ਵੱਡਾ ਕਰ ਰਹੇ ਹਾਂ। ਬਹੁਤ ਬਹੁਤ ਧੰਨਵਾਦ। 15-20 ਸਾਲ ਤੋਂ ਪਹਿਲਾਂ ਇਸ ਜਗ੍ਹਾ 'ਤੇ ਜਗ੍ਹਾ ਦਾ ਕੋਈ ਨਾਮ ਨਿਸ਼ਾਨ ਨਹੀਂ ਸੀਗਾ, ਤੁਸੀਂ ਬਜ਼ੁਰਗ ਹੋ, ਇਸ ਜਗ੍ਹਾ ਬਾਰੇ ਕੁਝ ਚਾਨਣਾ ਪਾ ਸਕਦੇ ਹੋ, ਤੁਹਾਨੂੰ ਕਿੱਦਾਂ ਪਤਾ ਲੱਗਾ? ਰੇਤ ਸਿੰਘ ਜਾਰਿਆਂ ਨੇ ਪੁੱਛ ਕੇ ਵੀ ਕਿੱਥੇ ਸਾਡੀ ਜਗ੍ਹਾ ਬਥੇਰਿਆਂ ਦੀ ਵਧੇਰਿਆਂ ਦੀ, ਜਿੱਦਾਂ ਅਸੀਂ ਹੁਣ ਬਜ਼ੁਰਗ ਹਾਂ, ਸਭ ਤੋਂ ਵੀ ਬਜ਼ੁਰਗ ਜਿਹੜੇ ਸੀ ਉਹਨਾਂ ਨੇ ਫਿਰ ਦੱਸਿਆ ਵੀ ਪਿੰਡ ਭਰੋਲੀ ਵਿੱਚ ਜਗ੍ਹਾ ਹੈ ਤੁਹਾਡੀ। ਪੁੱਛ ਕੇ ਫਿਰ ਜਿਸਨੇ ਪਤਾ ਲੱਗਾ, ਉਦੋਂ ਤੋਂ ਹੌਲੀ ਹੌਲੀ ਬੱਗਾ ਬਰਾਦਰੀ ਨੂੰ ਅਸੀਂ ਦੱਸਦੇ ਰਹੇ ਹਾਂ ਔਰ ਬੱਗਾ ਬਰਾਦਰੀ ਦੇ ਸਹਿਯੋਗ ਨਾਲ ਇਹ ਮੰਦਰ ਬਣਿਆ। ਮਤਲਬ ਇਹ ਜਿਹੜਾ ਬੱਗਾ ਗੋਤ ਹੈ, ਗੋਤਰ ਦੇ ਇੰਨੀ ਸਾਰੀ ਪਬਲਿਕ ਆਲੇ ਦੁਆਲੇ ਹਿੰਦੁਸਤਾਨ 'ਚ, ਦੁਨੀਆ 'ਚ ਫੈਲੀ ਆ, ਤੁਸੀਂ ਭਰੋਲੀ ਦੇ ਨਿਵਾਸੀ ਆ? ਨਹੀਂ, ਅਸੀਂ ਭਰੋਲੀ ਦੇ ਨਿਵਾਸੀ ਨਹੀਂ, ਅਸੀਂ ਲਾਗੇ ਦੇ ਪਿੰਡ ਮਾਲਪੁਰ ਦੇ ਲਾਗੇ ਸਾਡਾ ਪਿੰਡ ਹੈ। ਨਹੀਂ 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 ਨਹੀਂ
ਮਤਲਬ ਜਿਹੜਾ ਬੱਗਾ ਫੈਮਿਲੀ ਦੇ ਤੁਹਾਡੇ ਬਜ਼ੁਰਗ ਇੱਥੇ ਰਹਿੰਦੇ ਸੀ, ਇਹਦਾ ਮਤਲਬ ਜਗ੍ਹਾ ਤਦ ਹੀ ਨਿਕਲੀ ਹੈ ਨਾ? ਬਜ਼ੁਰਗ ਜਿਹੜੇ ਸੀਗੇ ਸਾਡੇ ਇੱਥੇ ਵੱਸਦੇ ਸੀਗੇ। ਹਾਂ, ਇਹਦਾ ਮਤਲਬ ਤੁਸੀਂ ਭਰੋੜੀ ਪਿੱਛਾ ਤੁਹਾਡਾ ਭਰੋੜੀ ਨਿਵਾਸੀ ਆਉਂਦਾ? ਹੌਲੀ ਹੌਲੀ ਅਸੀਂ ਕੰਮਾਂ ਕਾਰਾਂ ਦੀ ਖਾਤਰ ਕੋਈ ਲੁਧਿਆਣਾ ਚਲਾ ਗਿਆ, ਕੋਈ ਜਲੰਧਰ ਚਲਾ ਗਿਆ, ਕਿਤੇ ਚਲਾ ਗਿਆ, ਇਸ ਕਰਕੇ ਵੱਖਰੇ ਵੱਖਰੇ ਸਾਰੇ ਹੋ ਗਏ। ਇਸ ਜਿੰਦ ਇਸ ਮਤਲਬ ਜਗ੍ਹਾ ਦੀ ਮਤਲਬ ਭਾਲ ਹੋਣ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਕਿ ਭਰੋੜੀ ਕਿੱਥੇ ਪੈਂਦੀ ਹੈ? ਪਹਿਲਾਂ ਇਹੋ ਸੁਣਦੇ ਸੀਗੇ ਭਰੋਲੀ ਪੈਂਦੇ ਆ, ਜਦੋਂ ਇਹ ਪਤਾ ਲੱਗਾ ਵੀ ਸਾਡੇ ਜਠੇਰਿਆਂ ਦੀ ਜਗ੍ਹਾ ਉੱਥੇ ਆ, ਫਿਰ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਸਾਡੇ ਬਜ਼ੁਰਗ ਉੱਥੇ ਆ, ਅਸੀਂ ਜਾਣਾ ਉੱਥੇ। ਕਿੱਦਾਂ ਦਾ ਮਹਿਸੂਸ ਕਰਦੇ ਹੋ ਤੁਸੀਂ ਆਪਣੇ ਬਜ਼ੁਰਗਾਂ ਦੀ ਜਗ੍ਹਾ 'ਤੇ ਆ? ਦੇਖੋ, ਅਸੀਂ ਸਾਨੂੰ ਇੰਨਾ ਕਿਹਾ ਵੀ ਅਸੀਂ ਜਦੋਂ ਦੀ ਇੱਥੇ ਸੇਵਾ 'ਚ ਲੱਗੇ ਹਾਂ, ਸਾਡਾ ਬਹੁਤ ਕੁਛ ਸੁਧਾਰ ਹੋ ਗਿਆ ਔਰ ਸਾਡੀ ਹਰੇਕ ਮੰਗ ਪੂਰੀ ਹੁੰਦੀ ਆ, ਕੋਈ ਦਰਦ ਨਹੀਂ ਖੜੀ ਹੁੰਦੀ, ਔਰ ਹੌਲੀ ਹੌਲੀ ਜਿਸ ਤਰ੍ਹਾਂ ਸਾਨੂੰ ਇਸ ਵੇਲੇ ਸਹਿਯੋਗ ਮਿਲ ਰਿਹਾ, ਇਹ ਜਗ੍ਹਾ ਬਿਲਕੁਲ ਆ 10 ਫੁੱਟ ਦੀ ਹੁੰਦੀ ਸੀਗੀ, 10x10 ਦੀ, ਸੰਗਤ ਦੇ ਸਹਿਯੋਗ ਨਾਲ ਔਰ ਸਾਡੀ ਕਮੇਟੀ ਦੇ ਸਹਿਯੋਗ ਨਾਲ ਇਹ ਇੱਥੋਂ ਤੱਕ ਇੰਨੀ ਜਗ੍ਹਾ ਬਣ ਗਈ ਆ ਜਿਹੜੀ, ਔਰ ਇੱਧਰ ਨਾਲ ਦੀ ਇੱਕ ਕਨਾਲ ਜਗ੍ਹਾ ਉਹ ਸਾਡੀ ਆਪਣੀ ਆ, ਇਹ ਰਸਤਾ ਅਸੀਂ ਹੋਣ ਲਿਆ, ਇਹਦੀ ਰਜਿਸਟਰੀ ਆ 1 ਅਕਤੂਬਰ 'ਚ ਕਰਾਈ ਆ। ਹੁਣ ਪਬਲਿਕ ਬਹੁਤ ਖੁਸ਼ ਆ ਵੀ ਸਾਡੀ ਤਰੱਕੀ ਇੰਨੀ ਬੱਗਾ ਬਰਾਦਰੀ ਨੇ ਕਰ ਲਈ ਆ। ਸੋ ਤੁਹਾਡਾ ਨਾਮ ਅਤੇ ਤੁਹਾਡਾ ਕਿਹੜਾ ਇਲਾਕਾ? ਮੇਰਾ ਨਾਮ ਗਿਆਨ ਚੰਦ ਬੱਗਾ, ਮੈਂ ਇਸ ਵੇਲੇ ਲੁਧਿਆਣੇ ਰਹਿ ਰਿਹਾ। ਓਕੇ।